अस्सलाम वालेकुम। सियाने कहिंदे वी जम मुक्या नहीं ते नक नानकियां ते। लै इलैक्शन दी माड़ी जी गल होई आ ते हुण ओह नवीआं नवीआं शकलां टिकट होल्डर तुहानूं हर खुशी च हर गमी दे विच पहली साफ च लभणगे। सानूं तां उहनां दीआं शकलां वी नहीं याद रहीआं, ओह 5-7 साल बाद तां आ वड़े। मैं कहिंदा इहनां दे धोखे च बिलकुल ना आयो, इहनां दे लागे ना लग्गो, इहनां नूं एवें ना अपना प्यो बणाया करो वी नाल तस्वीरां खिचा ना। इहनां नूं कल्ले छड्डो जिवें सानूं कल्ले छड्डिआ सी। ਜਦੋਂ ਆਟਾ ਸ਼ਾਰਟ ਹੋਇਆ, ਖਾਦ ਮਹਿੰਗੀ ਹੋਈ, ਬਿਜਲੀ ਦੇ ਬਿੱਲ ਅਸੀਂ ਡੰਗਰ ਵੇਚ ਵੇਚ ਭਰਦੇ ਰਹੇ, ਦਵਾਈਆਂ ਦੇ ਰੇਟ ਡਬਲ ਹੋਏ, ਖੰਡ ਘਿਓ ਕੀ ਕੁਛ ਸਾਨੂੰ ਮਿੱਲਾਂ ਨੇ ਸਾਨੂੰ ਸ਼ੂਗਰ ਮਿੱਲਾਂ ਨੇ ਸਾਨੂੰ ਖੱਜਲ ਕੀਤਾ, ਪਰ ਸਾਡੇ ਨਾਲ ਕੋਈ ਨਹੀਂ ਖਲੋਤਾ। ਇਹਨਾਂ ਤੇ ਗਿਲਾ ਇਹ ਆ ਜੋ ਇਹ ਕਰ ਸਕਦੇ ਸੀ ਇਹਨਾਂ ਨੇ ਉਹ ਵੀ ਨਹੀਂ ਕੀਤਾ, ਆਵਾਮ ਦੀ ਗੱਲ ਹੀ ਨਹੀਂ ਇਹਨਾਂ ਨੇ ਕੀਤੀ, ਚਾਹੇ ਕੋਈ ਕਿਸੇ ਕੰਪਨੀ ਦਾ ਵੀ ਹੈ। ਹੁਣ ਇਹਨਾਂ ਨੇ ਆ ਗਲੀਆਂ ਬਾਜ਼ਾਰਾਂ ਦੇ ਵਿੱਚ ਚੌਕਾਂ 'ਚ ਦੁਕਾਨਾਂ 'ਚ ਲੱਭ ਲੱਭ ਕੇ ਤੁਹਾਡੇ ਸਕੇ ਬਣਨਾ ਤੇ ਤੁਸੀਂ ਫਿਰ ਬੇਵਕੂਫ ਬਣ ਜਾਣਾ। ਇਹਨਾਂ ਦੀ ਗੱਲਾਂ 'ਚ ਆਇਆ ਬਿਲਕੁਲ ਇਹਨਾਂ ਦੀ ਗੱਲਾਂ 'ਚ ਨਾ ਆਇਓ। ਇਹਨਾਂ ਨੇ ਹੁਣ ਜਲਸਿਆਂ 'ਚ ਐਲਾਨ ਕਰਨੇ ਆ ਵੀ ਅਸੀਂ ਪਿੰਡਾਂ ਦੇ ਵਿੱਚ ਨਾ ਏਅਰਪੋਰਟ ਬਣਾ ਦੇਣੇ, ਬੰਦਰਗਾਹਾਂ ਬਣਾ ਦੇਣੀਆਂ, ਪਰ ਹੋਣਾ ਉਹੀ ਆ ਅਖੀਰ ਤੇ ਫਿਰ ਆਪਾਂ ਹੀ ਖੱਜਲ ਹੋਣਾ। ਇਹ ਜ਼ਲਾਲਤ ਆਪਣੇ ਗੱਲ ਆ, ਕਿਉਂ ਇਹ ਮਸੀਤੇ ਖਲੋ ਕੇ ਵੀ ਐਲਾਨ ਕਰਨ, ਹੁਣ ਇਹਨਾਂ ਦੀ ਗੱਲਾਂ 'ਚ ਨਾ ਆਇਓ। ਜਿੱਦਾਂ ਕੋਈ ਬੰਦਾ ਉਹ ਮਸੀਤ ਦੇ ਲਾਗੇ ਉਹਦਾ ਘਰ ਤੇ ਉਹ ਗਾਂ ਚੋਣ ਲੱਗਾ, ਅੱਧੀ ਕੁ ਗਾਂ ਚੋਈ ਤੇ ਮਸੀਤੇ ਕੋਈ ਬੰਦਾ ਆ ਕੇ ਐਲਾਨ ਕਰਨ ਲੱਗਾ ਬੱਕਰੀ ਚੋਰੀ ਦਾ। ਉਹਨੇ ਆ ਕੇ ਉਹ ਸਪੀਕਰ 'ਚ ਫੂਕ ਮਾਰੀ ਨਾ, ਉਹ ਗਾਂ ਨੇ ਛਾੜ ਮਾਰੀ, ਡਰ ਗਈ ਤੇ ਉਹ ਦੁੱਧ ਸਾਰਾ ਡੋਲਤਾ। ਉਹਦੋਂ ਉਹਦਾ ਮੁੰਡਾ ਨਿਕਲਿਆ, ਕਹਿੰਦਾ ਅੱਬਾ ਕੀ ਹੋਇਆ? ਕਹਿੰਦਾ ਹੋਣਾ ਕੀ ਆ ਵੀ ਜਿਹਨੇ ਲਾਣਤ ਖੱਟਣੀ ਹੋਵੇ ਮਸੀਤੇ ਖਲੋ ਕੇ ਵੀ ਖੱਟ ਲੈਂਦਾ।